ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 2022 ਦੇ ਵਿੱਚ ਜਿਨ੍ਹਾਂ ਨੇ ਵੀ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਦੇਖਿਆ ਹੈ ਉਹ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਬਹੁਤ ਵੱਡਾ ਬਿਆਨ ਪੰਜਾਬ ਦੇ ਜੋ ਸਿੱਖਿਆ ਮੰਤਰੀ ਹੈ ਉਹਨਾਂ ਨੇ ਲਾਈਵ ਆ ਕੇ ਦਿੱਤਾ ਹੈ ਕੀ ਉਹਨਾਂ ਨੇ ਕਿਹਾ ਸਾਰਾ ਕੁਝ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਸੁਣਾਉਂਗਾ ਉਸ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਇਸ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਪੇਪਰਾਂ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਨੋਟੀਫਿਕੇਸ਼ਨ ਜੋ ਵੀ ਆਉਣੇ ਸਰਕਾਰੀ ਨੌਕਰੀਆਂ ਦੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਟੈਲੀਗ੍ਰam ਸਾਰੇ ਜਣੇ ਜਰੂਰ ਜੁਆਇਨ ਕਰ ਲਿਓ ਜੀਕੇ ਫੈਕਟ ਸਰਚ ਕਰ ਲਿਓ ਟੈਲੀਗ੍ਰam ਦੇ ਉੱਤੇ ਜਾ ਕੇ ਉੱਥੇ ਜਾ ਕੇ ਤੁਸੀਂ ਟੈਲੀਗ੍ਰam ਨੂੰ ਜੁਆਇਨ ਕਰ ਲੈਣਾ ਹੈ ਜਾਂ ਫਿਰ ਟੈਲੀਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉੱਥੋਂ ਵੀ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜੁਆਇਨ ਕਰ ਲਿਓ ਟੈਲੀਗ੍ਰam ਦੇ ਉੱਤੇ ਤੁਹਾਨੂੰ ਪੋਸਟਾਂ ਬਾਰੇ ਜਾਣਕਾਰੀ ਅਤੇ ਅਲੱਗ-ਅਲੱਗ ਪੇਪਰਾਂ ਦੇ ਨੋਟੀਫਿਕੇਸ਼ਨ ਅਤੇ ਸਿਲੇਬਸ ਮਿਲ ਜੇਗਾ ਠੀਕ ਹੈ ਸੋ ਜਿਨ੍ਹਾਂ ਨੇ ਵੀ 2022 ਦੇ ਵਿੱਚ ਨੌਕਰੀ ਲੈਣੀ ਹੈ ਉਹ ਮੇਰੇ ਨਾਲ ਜ਼ਰੂਰ ਜੁੜਜੋ ਠੀਕ ਹੈ ਫ੍ਰੀ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਪੰਜਾਬ ਦੇ ਜੋ ਸਿੱਖਿਆ ਮੰਤਰੀ ਹੈ ਉਹਨਾਂ ਨੇ ਕੀ ਕਿਹਾ ਹੁਣ ਤੁਸੀਂ ਉਹ ਸੁਣੋ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਪਹਿਲੀ ਕੈਬਨਿਟ ਦੇ ਵਿੱਚ ਹੀ 26000 ਨੌਕਰੀਆਂ ਅਪਰੂਵ ਕੀਤੀਆਂ ਗਈਆਂ ਸੀ ਤੇ ਰੋਜ਼ ਪੰਜਾਬ ਦੇ ਅਖਬਾਰ ਦੇ ਵਿੱਚ ਤੁਹਾਨੂੰ ਦੋ ਕਿਸਮ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਇੱਕ ਰੋਜ਼ ਕਿਸੇ ਨਾ ਕਿਸੇ ਨੂੰ ਜੁਆਇਨਿੰਗ ਲੈਟਰ ਮਿਲਦਾ ਜਾਂ ਰੋਜ਼ ਕੋਈ ਨਵੀਂ ਰਿਕਰੂਟਮੈਂਟ ਦੀ ਐਡ ਆਉਂਦੀ ਹੈ ਪੰਜਾਬ ਦੇ ਉਹ ਨੌਜਵਾਨ ਜੋ ਨਾ ਉਮੀਦ ਹੋ ਚੁੱਕੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਸਰਕਾਰੀ ਨੌਕਰੀਆਂ ਖਤਮ ਹੀ ਹੋ ਗਈਆਂ ਬਾਹਰ ਦਾ ਰਸਤਾ ਦੇਖ ਰਹੇ ਸੀ ਹੁਣ ਉਹ ਸਾਰੇ ਨੌਜਵਾਨਾਂ ਦੇ ਅੰਦਰ ਇੱਕ ਉਮੀਦ ਜਾਗੀ ਹੈ ਉਹ ਸਾਰੇ ਨੌਜਵਾਨ ਦਿਨ ਰਾਤ ਮਿਹਨਤ ਕਰਕੇ ਤਿਆਰੀ ਕਰ ਰਿਹਾ ਜੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਸਿੱਖਿਆ ਵਿਭਾਗ ਦੇ ਵਿੱਚ ਹੀ ਭਰਤੀਆਂ ਦੀ ਜਿਨੂੰ ਕਹਿ ਸਕਦੇ ਕਿ ਸਾਡੇ ਕੋਲ ਬਹੁਤ ਸਾਰੇ ਸਕੂਲ ਨੇ ਜਿਹੜੇ ਜਿੱਥੇ ਟੀਚਰਾਂ ਦੀ ਬਹੁਤ ਵੱਡੀ ਕਮੀ ਹੈ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਹੀ ਨਹੀਂ ਕੀਤੀਆਂ ਇਸ ਕਰਕੇ ਕੱਲੇ ਸਿੱਖਿਆ ਵਿਭਾਗ ਦੇ ਵਿੱਚ ਹੀ 20000 ਦੇ ਕਰੀਬ ਭਰਤੀਆਂ ਹੋ ਰਹੀਆਂ ਤੇ ਸਭ ਤੋਂ ਪਹਿਲੀ ਭਰਤੀ 6835 ETT टीचर्स ਦੀ ਜਿਹੜੀ ਸਾਡੇ ਪ੍ਰਾਇਮਰੀ ਟੀਚਰਸ ਹੈ ਉਹ ਟੋਟਲੀ ਕੰਪਲੀਟ ਕਰ ਲਈ ਗਈ ਹੈ ਉਹਨਾਂ ਵਿੱਚੋਂ 5100 ਟੀਚਰ ਆਲਮੋਸਟ 5100 ਟੀਚਰ 5096 ਐਗਜ਼ੈਕਟ ਟੀਚਰਸ ਇਸ ਵਕਤ ਪੜਾ ਰਹੇ ਨੇ ਜੀ 1539 ਦਾ ਪ੍ਰੋਸੈਸ ਚੱਲ ਰਿਹਾ ਤੇ ਅਜ 361 ਬੱਚੇ ਜਿਨ੍ਹਾਂ ਦੀ ਵੇਟਿੰਗ ਸੀ ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਤੇ ਉਹਨਾਂ ਵਿੱਚੋਂ 10 ਬੱਚਿਆਂ ਨੂੰ ਸੀਐਮ ਸਾਹਿਬ ਪੰਜਾਬ ਦੇ ਹੋਂ ਤੱਕ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਹੱਥੋਂ ਤੋਂ ਨਿਯੁਕਤੀ ਪੱਤਰ ਦਿੱਤੇ ਆ ਤੇ ਇਹਨਾਂ ਨੂੰ ਕਿਹਾ ਕਿ ਆਓ ਹੁਣ ਆਪਾਂ ਪੰਜਾਬ ਦੀ ਨਵੀਂ ਇਬਾਰਤ ਲਿਖੀਏ ਕਿਉਂਕਿ ਸਾਡੇ ਸਕੂਲੀ ਹੈ ਜੋ ਪੰਜਾਬ ਦਾ ਨਵਾਂ ਪੁਖ ਲਖਣਗੇ ਅੱਜ ਤੱਕ ਇਹ ਵਿਭਾਗ ਸਿਰਫ ਧਰਨੇ ਵਾਲਾ ਵਿਭਾਗ ਰਿਹਾ ਪਰ ਹੁਣੇ ਪੰਜਾਬ ਦੀ ਨਵੀਂ ਕਿਸਮਤ ਲਿਖਣ ਵਾਲਾ ਵਿਭਾਗ ਬਣੂਗਾ ਤੇ ਨਾਲ ਹੀ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ 4100 ਮਾਸਟਰ ਕਾਡਰ ਦਾ ਪੇਪਰ ਵੀ ਪਰਸੋਂ ਹੋ ਰਿਹਾ ਤਾਂ ਜਾਨੀ ਕਿ 5 ਮਹੀਨਿਆਂ ਦੇ ਵਿੱਚ 10000 ਤੋਂ ਵੱਧ ਭਰਤੀਆਂ ਸਿਰਫ ਸਿੱਖਿਆ ਵਿਭਾਗ ਦੇ ਵਿੱਚ ਤੇ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀ ਭਰਤੀਆਂ ਮਾਸਟਰ ਕਾਡਰ ਦੀਆਂ 80 80 ਦੀਆਂ ਸੀ ਲੈ ਕੇ ਆ ਰਹੇ ਹਾਂ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਹੋ ਸਕਣ ਤੇ ਸਾਡੇ ਸਕੂਲ ਹਰ ਤੇ ਸਾਡੇ ਸਕੂਲ ਪੰਜਾਬ ਦੀ ਨਵੀਂ ਕਿਸਮਤ ਲਿਖਣ ਬਹੁਤ ਬਹੁਤ ਧੰਨਵਾਦ